62 ਮੰਗਾਂ ਸੀ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਖੁਦ ਪੂਰੀਆਂ ਕਰਨੀਆਂ ਸੀ ਜਾਂ ਸਰਕਾਰ ਬਣਾ ਕੇ ਪੂਰੀਆਂ ਜੀ। ਅਤੇ ਸਿੱਖ ਸੰਗਤਾਂ ਨੇ ਹਾਲੇ ਤੱਕ ਇਹ ਨਹੀਂ ਸਮਝਿਆ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਮੰਗਾਂ ਦੀ ਗੱਲ ਮੈਂ ਬਾਅਦ ਵਿੱਚ ਕਰਾਂਗਾ, ਪਹਿਲਾਂ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕੀ, ਉਹਦੇ ਕੀ ਅਖਤਿਆਰ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿੱਛੇ ਮੈਂ ਕਈ ਮੈਂਬਰਾਂ ਨੂੰ ਪੁੱਛਿਆ ਕਿ ਵੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਪੜ੍ਹਿਆ। ਹੁਣ ਤੁਸੀਂ ਹੈਰਾਨ ਹੋ ਗਏ ਇਸ ਚੀਜ਼ 'ਤੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਅੰਗਰੇਜ਼ੀ 'ਚ ਹੈ, ਉਹਨਾਂ ਨੂੰ ਇਹ ਵੀ ਨਹੀਂ ਪਤਾ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸਾਬਕਾ ਜਨਰਲ ਸਕੱਤਰਾਂ ਨਾਲ ਗੱਲ ਕੀਤੀ। ਮੈਂ ਕਿਹਾ ਜੀ ਐਕਟ ਤੁਸੀਂ ਪੂਰਾ ਪੜ੍ਹਿਆ? ਕਹਿੰਦਾ ਅਸੀਂ ਤਾਂ ਦੇਖਿਆ ਵੀ ਨਹੀਂ। ਮੈਂ ਉਹਨਾਂ ਨੂੰ ਕਿਹਾ ਇੱਕ ਵਾਰੀ ਪੜ੍ਹ ਤਾਂ ਲਓ ਜੀ। ਕਹਿੰਦੇ ਤੇਰੇ ਕੋਲ ਹੈਗਾ ਦੇ ਜੀ। ਅਸੀਂ ਸਿੱਖ ਕੌਮ ਦੀ ਜਿਹੜੀ ਦਾਰਸ਼ਨਿਕ ਲੋਕ ਨੇ, ਇਤਿਹਾਸਕਾਰ ਨੇ, ਕਥਾਵਾਚਕ ਨੇ ਜੀ, ਰਾਗੀ ਨੇ, ਢਾਡੀ ਨੇ, ਉਹ ਵਿਚਾਰੇ ਸਿੱਖ ਕੌਮ ਨੂੰ ਗੱਲ ਫਾੜ ਫਾੜ ਕੇ ਇੱਕ ਚੀਜ਼ ਦਿਮਾਗਾਂ 'ਚ ਵਾੜ ਦਿੱਤੀ। ਦੇਖੋ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਪਾਰਲੀਮੈਂਟ ਹੈ, ਅਤੇ ਉੱਥੇ ਜਿਹੜੀ ਪਾਰਲੀਮੈਂਟ ਦੇ ਮੈਂਬਰ ਨੇ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਐਕਟ ਗੁਰਮੁਖੀ 'ਚ ਹੈਗਾ, ਪੰਜਾਬੀ 'ਚ ਹੈਗਾ ਕਿ ਅੰਗਰੇਜ਼ੀ 'ਚ ਹੈਗਾ। ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ, ਔਰ ਦਰਸ਼ਕ ਬੜੀ ਹੈਰਾਨ ਹੋ ਰਹੇ ਹੋਣਗੇ। ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਮਤਾ ਸ੍ਰੀ ਅਨੰਦਪੁਰ ਸਾਹਿਬ, ਕਰੀਬ ਤੁਸੀਂ 8 ਭਾਗਾਂ ਦੇ ਵਿੱਚ ਮਤਾ ਸ੍ਰੀ ਅਨੰਦਪੁਰ ਸਾਹਿਬ ਸ਼੍ਰਵਣ ਕਰ ਚੁੱਕੇ ਹੋ, ਜਿਹਦੇ ਵਿੱਚ ਤੁਸੀਂ ਰੱਜ ਕੇ ਲਾਹਾ ਲਿਆ, ਦਰਸ਼ਕਾਂ ਨੇ ਇਸ ਪ੍ਰੋਗਰਾਮ ਨੂੰ ਬੇਹੱਦ ਪਸੰਦ ਵੀ ਕੀਤਾ ਗਿਆ। ਜਦੋਂ ਇਹਦੀ ਪਸੰਦੀਦਾ ਚੀਜ਼ ਵੱਲ ਝਾਤ ਮਾਰੀਏ ਤਾਂ ਫਿਰ ਪਤਾ ਲੱਗਦਾ ਕਿ ਜਦੋਂ ਵੀ ਕੋਈ ਗੱਲ ਪ੍ਰਮਾਣਾਂ ਦੇ ਸਹਿਤ ਹੋਵੇ ਅਤੇ ਪ੍ਰਮਾਣਿਕ ਹੋਵੇ, ਸਾਡੇ ਰੱਬ ਵਰਗੇ ਦਰਸ਼ਕ ਉਹਨੂੰ ਜ਼ਰੂਰ ਪਸੰਦ ਕਰਦੇ ਨੇ। ਦਰਸ਼ਕੋ, ਅੱਜ ਆਪਾਂ ਮਤਾ ਸ੍ਰੀ ਅਨੰਦਪੁਰ ਸਾਹਿਬ ਦੇ 9ਵੇਂ ਭਾਗ ਦੀ ਗੱਲ ਕਰਨ ਜਾ ਰਹੇ ਹਾਂ ਕਿ ਕੁਝ ਐਸੀਆਂ ਮੰਗਾਂ ਸਨ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੂਰੀਆਂ ਕਰਨੀਆਂ ਸੀ, ਕੁਝ ਐਸੀਆਂ ਸੀ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ਵਿੱਚ ਆ ਕੇ ਪੂਰੀਆਂ ਕਰਨੀਆਂ ਸੀ, ਕਿਉਂਕਿ ਉਦੋਂ ਸ਼੍ਰੋਮਣੀ ਅਕਾਲੀ ਦਲ ਪੰਥ ਦਾ ਹੁੰਦਾ ਸੀ, ਇੱਕ ਪਰਿਵਾਰ ਦਾ ਨਹੀਂ ਸੀ ਹੁੰਦਾ, ਇੱਕ ਧਿਰ ਦਾ ਨਹੀਂ ਸੀ ਹੁੰਦਾ, ਇਹ ਕੋਈ ਇੱਕ ਪਿੰਡ ਦੇ ਨਾਲ ਨਹੀਂ ਸੀ ਜੁੜਿਆ ਹੋਇਆ, ਸ਼੍ਰੋਮਣੀ ਅਕਾਲੀ ਦਲ। ਹੁਣ ਇਹਦੇ ਵਿੱਚ ਥੋੜ੍ਹਾ ਜਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਗਿਆ, ਕਿਉਂਕਿ ਇੱਥੋਂ ਕਲੀਅਰ ਹੋ ਗਿਆ ਵੀ ਇਹ ਇੱਕ ਪਰਿਵਾਰ ਦਾ, ਸ਼੍ਰੋਮਣੀ ਅਕਾਲੀ ਦਲ ਬਾਦਲ। ਪਰ ਨਹੀਂ, ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਦਾ ਕਿਸੇ ਇੱਕ ਸਥਾਨ ਦੇ ਨਾਲ ਨਹੀਂ, ਇੱਕ ਜਾਤ ਦੇ ਨਾਲ ਨਹੀਂ, ਇੱਕ ਰੰਗ ਕੁਛ ਵੀ ਕਿਸੇ ਐਸਾ ਨਹੀਂ ਸੀ, ਉਹ ਪੰਥ ਦਾ ਸੀ। ਚਲੋ ਖੈਰ, ਗੱਲ ਆਪਾਂ ਥੋੜ੍ਹੀ ਜਿਹੀ ਹੋਰ ਲੰਬੀ ਕਰਦੇ ਹਾਂ। ਕੁਝ ਮਤਾ ਸ੍ਰੀ ਅਨੰਦਪੁਰ ਸਾਹਿਬ ਦੀਆਂ ਮੰਗਾਂ ਸਨ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪੂਰੀਆਂ ਕਰਨੀਆਂ ਸੀ, ਅਤੇ ਆਓ ਅੱਜ ਆਪਾਂ ਜਾਣਨ ਦਾ ਯਤਨ ਕਰੀਏ। ਮੇਰੇ ਨਾਲ ਅੱਜ ਫਿਰ ਨੇ ਉੱਗੇ ਚਿੰਤਕ, ਉੱਗੇ ਵਿਦਵਾਨ, ਐਕਸ ਐਮ ਪੀ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ, ਜਿਨ੍ਹਾਂ ਨੇ ਪਿਛਲੇ ਕੁਝ ਸਮੇਂ ਦੇ ਦੌਰਾਨ ਅਥਾਹ ਗਿਆਨ ਸਾਡੀ ਝੋਲੀ ਪਾਇਆ ਅਤੇ ਸਾਡੇ ਦਰਸ਼ਕਾਂ ਨੇ ਰੱਜ ਕੇ ਲਾਹਾ ਲਿਆ। ਆਓ, ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਦਾ ਹੋਇਆ ਅੱਜ ਫਿਰ ਮੈਂ ਅਤਿੰਦਰਪਾਲ ਸਿੰਘ ਖਾਲਿਸਤਾਨੀ ਦੇ ਗ੍ਰਹਿ ਵਿਖੇ ਆਇਆ ਹਾਂ, ਅਤੇ ਅੱਜ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹੜੀਆਂ ਮੰਗਾਂ ਪੂਰੀਆਂ ਕਰਨੀਆਂ ਸੀ, ਆਓ ਜਾਣਨ ਦਾ ਯਤਨ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਵੱਲੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕੀਤਾ ਜਾਂਦਾ ਵੀ ਸਾਡੀ ਬੇਨਤੀ ਨੂੰ ਸਵੀਕਾਰ ਕਰ ਲੈਂਦੇ ਹੋ। ਬਹੁਤ ਤੁਹਾਡੇ ਦਰਸ਼ਕਾਂ ਦਾ ਵੀ ਜਿਹੜੇ ਐਪੀਸੋਡ ਨੂੰ ਪਸੰਦ ਕਰ ਰਹੇ ਨੇ, ਅਤੇ ਤੁਹਾਡਾ ਵੀ ਧੰਨਵਾਦ ਜਿਹੜਾ ਤੁਸੀਂ ਇੰਨੀ ਦੂਰੋਂ ਦਾਸ ਦੇ ਵਿਚਾਰ ਲੈਣ ਲਈ ਆਉਂਦੇ। ਬਹੁਤ ਬਹੁਤ ਮਿਹਰਬਾਨੀ ਜੀ। ਇੱਕ ਜਾਣਕਾਰੀ ਦਿਓ, ਪਿਛਲੇ ਕੁਝ ਸਮੇਂ ਦੇ ਦੌਰਾਨ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਅਕਾਲੀ ਦਲ ਨੇ ਕੁਝ ਐਸੀਆਂ ਮੰਗਾਂ ਸੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੂਰੀਆਂ ਕਰਨੀਆਂ ਸੀ, ਕੁਝ ਐਸੀਆਂ ਸੀ ਜਿਹੜੀਆਂ ਸੱਤਾ ਵਿੱਚ ਆ ਕੇ ਪੂਰੀਆਂ ਕਰਨੀਆਂ ਸੀ, ਅਤੇ ਤੁਸੀਂ ਗੱਲ ਕੀਤੀ ਸੀ ਵੀ ਕੁਝ ਐਸੀਆਂ ਮੰਗਾਂ ਸਨ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੀਆਂ ਕਰਨੀਆਂ ਸੀ। ਹਾਂਜੀ, ਅੱਜ ਕਿਰਪਾ ਕਰਕੇ ਸਾਨੂੰ ਉਹ ਦੱਸੋ ਜੀ। ਦੇਖੋ, ਜਿਹੜੀਆਂ ਅਨੰਦਪੁਰ ਸਾਹਿਬ ਮਤੇ ਦੀਆਂ ਪਹਿਲੀਆਂ ਮੰਗਾਂ ਸੀ ਜੀ, ਉਹ ਲਗਭਗ 62 ਮੰਗਾਂ ਸੀ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਖੁਦ ਪੂਰੀਆਂ ਕਰਨੀਆਂ ਸੀ ਜਾਂ ਸਰਕਾਰ ਬਣਾ ਕੇ ਪੂਰੀਆਂ ਕਰਨੀਆਂ ਸੀ। ਉਹ 62 ਮੰਗਾਂ ਦਾ ਅਸੀਂ ਪਿਛਲੇ ਐਪੀਸੋਡ 'ਚ ਜ਼ਿਕਰ ਕਰ ਲਿਆ ਜੀ। ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਕਾਬਜ਼ ਧਿਰ ਹੈਗੀ ਹੈ, ਉਹ ਕਾਬਜ਼ ਧਿਰ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ। ਬੜੀ ਅਜੀਬ ਗੱਲ ਹੈ, ਮੈਂ ਖਾਸ ਤੌਰ 'ਤੇ ਸਿੱਖ ਸੰਗਤਾਂ ਦੀ ਸਾਈਕੀ 'ਚ ਇਸ ਚੀਜ਼ ਨੂੰ ਪਾਉਣਾ ਚਾਹੁੰਦਾ ਕਿ ਸਿੱਖ ਸੰਗਤਾਂ ਨੇ ਹਾਲੇ ਤੱਕ ਇਹ ਨਹੀਂ ਸਮਝਿਆ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕੀ। ਮੰਗਾਂ ਦੀ ਗੱਲ ਮੈਂ ਬਾਅਦ ਵਿੱਚ ਕਰਾਂਗਾ, ਪਹਿਲਾਂ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕੀ, ਉਹਦੇ ਕੀ ਅਖਤਿਆਰ ਨੇ ਜੀ, ਠੀਕ ਹੈ ਨਾ, ਅਤੇ ਉਹਦੀ ਕੀ ਬਣਤਰ ਹੈ। ਇਹ ਤਿੰਨੋਂ ਚੀਜ਼ਾਂ ਸਿੱਖਾਂ ਨੂੰ ਨਹੀਂ ਪਤਾ ਜੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿੱਛੇ ਮੈਂ ਕਈ ਮੈਂਬਰਾਂ ਨੂੰ ਪੁੱਛਿਆ ਕਿ ਬਈ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਪੜ੍ਹਿਆ ਹੁਣ ਤੁਸੀਂ ਹੈਰਾਨ ਹੋਵੋਗੇ ਇਸ ਚੀਜ਼ 'ਤੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਅੰਗਰੇਜ਼ੀ 'ਚ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਅੱਛਾ ਜੀ ਇਹ ਨਹੀਂ ਪਤਾ ਇਹ ਨਹੀਂ ਪਤਾ ਜਿਹੜੇ ਐਸ ਜੀ ਪੀ ਸੀ ਮੈਂਬਰ ਇਲੈਕਸ਼ਨ ਲੜ ਰਹੇ ਨੇ ਜਾਂ ਜਿੱਤ ਰਹੇ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਜੀ ਠੀਕ ਹੈ ਅਤੇ ਅਸੀਂ ਸਿੱਖ ਕੌਮ ਦੀ ਜਿਹੜੀ ਦਾਰਸ਼ਨਿਕ ਲੋਕ ਨੇ ਇਤਿਹਾਸਕਾਰ ਨੇ ਕਥਾਵਾਚਕ ਨੇ ਜੀ ਰਾਗੀ ਨੇ ਢਾਡੀ ਨੇ ਉਹ ਵਿਚਾਰੇ ਸਿੱਖ ਕੌਮ ਨੂੰ ਗੱਲ ਫਾੜ ਫਾੜ ਕੇ ਇੱਕ ਚੀਜ਼ ਦਿਮਾਗਾਂ 'ਚ ਵਾੜ ਦਿੱਤੀ ਦੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਪਾਰਲੀਮੈਂਟ ਹੈ ਵਾੜੀ ਨਾ ਜੀ ਅਸੀਂ ਜ਼ਿੰਮੇਵਾਰ ਹਾਂ ਉਹਦੇ ਅਤੇ ਉੱਥੇ ਜਿਹੜੀ ਪਾਰਲੀਮੈਂਟ ਦੇ ਮੈਂਬਰ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਐਕਟ ਗੁਰਮੁਖੀ 'ਚ ਹੈਗਾ ਕਿ ਪੰਜਾਬੀ 'ਚ ਹੈਗਾ ਕਿ ਅੰਗਰੇਜ਼ੀ 'ਚ ਹੈਗਾ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਔਰ ਦਰਸ਼ਕ ਬੜੀ ਹੈਰਾਨ ਹੋ ਰਹੇ ਹੋਣਗੇ ਮੈਂ ਇਹ ਚੀਜ਼ ਸੁਣ ਕੇ ਬਿਲਕੁਲ ਮੈਂ ਸਪਸ਼ਟ ਦੱਸ ਰਿਹਾ ਮੈਂ ਨਾਂ ਨਹੀਂ ਲੈਣਾ ਚਾਹਾਂਗਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸਾਬਕਾ ਜਨਰਲ ਸਕੱਤਰਾਂ ਨਾਲ ਗੱਲ ਕੀਤੀ ਮੈਂ ਕਿਹਾ ਜੀ ਐਕਟ ਤੁਸੀਂ ਪੂਰਾ ਪੜ੍ਹਿਆ ਕਹਿੰਦਾ ਅਸੀਂ ਤਾਂ ਦੇਖਿਆ ਵੀ ਨਹੀਂ ਨਾ ਲੈਣੀ ਬਦਨਾਮੀ ਹੋ ਜਾਂਦੀ ਹੈ ਮੈਂ ਉਸ ਪੱਖ 'ਚ ਨਹੀਂ ਜਾਣਾ ਚਾਹੁੰਦਾ ਠੀਕ ਹੈ ਨਾ ਕਿਉਂਕਿ ਧਰਮ ਵਿੱਚ ਮੈਂ ਸੰਜਮ ਰੱਖਦਾ ਜੀ ਜੀ ਸਿਆਸਤ 'ਚ ਅਸੀਂ ਕਰਦੇ ਹਾਂ ਧਰਮ ਵਿੱਚ ਅਸੰਜਮ ਹੋਣਾ ਚਾਹੀਦਾ ਮੈਂ ਉਹਨਾਂ ਨੂੰ ਕਿਹਾ ਇੱਕ ਵਾਰੀ ਪੜ੍ਹ ਤਾਂ ਲਓ ਜੀ ਕਹਿੰਦੇ ਤੇਰੇ ਕੋਲ ਹੈਗਾ ਦੇ ਜਾਈ ਮੈਂ ਕਿਹਾ ਐਕਟ ਤੁਸੀਂ ਮੰਗੋ 77 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਾਡੀ ਸਭ ਤੋਂ ਵੱਡੀ ਬਦਕਿਸਮਤੀ ਭਾਅ ਜੀ ਇਹ ਹੈਗੀ ਹੈ ਕਿ ਸਾਡੇ ਕਥਾਵਾਚਕਾਂ ਪ੍ਰਚਾਰਕਾਂ ਢਾਡੀਆਂ ਜ਼ਿਆਦਾਤਰ ਸਭ ਨੂੰ ਗੁਰਮੁਖੀ ਆਉਂਦੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਜਦ ਤੋਂ ਬਣਿਆ ਉਹ ਅੰਗਰੇਜ਼ਾਂ ਨੇ ਬਣਾਇਆ ਅੰਗਰੇਜ਼ੀ 'ਚ ਬਣਾਇਆ ਉਹਦਾ ਗੁਰਮੁਖੀ ਉਲਥਾ ਅਥੈਂਟਿਕ ਪ੍ਰਮਾਣਿਕ ਹੁੰਦਾ ਜਿਹੜਾ ਕਾਨੂੰਨੀ ਤੌਰ 'ਤੇ ਅਪਣਾਇਆ ਜਾਏ ਜੀ ਉਹ ਇੱਕ ਉਲਥਾ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਨਹੀਂ ਕਰਾਇਆ ਲੋੜ ਹੀ ਨਹੀਂ ਸਮਝੀ ਕਿਉਂ ਲੋੜ ਨਹੀਂ ਸਮਝੀ ਕਿਉਂਕਿ ਅਸੀਂ ਸਿਆਣਾ ਕਰਨਾ ਹੀ ਨਹੀਂ ਕੌਮ ਨੂੰ ਜੇ ਕੌਮ ਨੂੰ ਪਤਾ ਚੱਲ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈਗਾ ਅਤੇ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਛ ਹੋਰ ਕੰਮ ਪਈ ਹੈ ਅਤੇ ਫਿਰ ਇਹਨਾਂ ਨੂੰ ਕੌਣ ਚੁਣੇਗਾ ਓਕੇ ਅਤੇ ਜਿਹੜਾ ਸ਼੍ਰੋਮਣੀ ਕਮੇਟੀ ਦਾ 50 ਸਾਲਾ ਇਤਿਹਾਸ ਕਿਤਾਬ ਆਈ ਹੈ ਹਾਂਜੀ ਉਹਦੇ ਵਿੱਚ ਵੀ ਇਹ ਪੰਜਾਬੀ ਦੇ ਵਿੱਚ ਉਲਥਾ ਨਹੀਂ ਹੈਗਾ ਜੀ ਪਰ ਜਿਹੜਾ ਉਹਦੇ ਵਿੱਚ ਦੱਸੀਆਂ ਗਈਆਂ ਚੀਜ਼ਾਂ ਜਿਹੜੀਆਂ ਪ੍ਰਮਾਣਿਕ ਉਲਥਾ ਨਹੀਂ ਹੈਗਾ ਓਕੇ ਪ੍ਰਮਾਣਿਕ ਉਲਥੇ ਦਾ ਮਤਲਬ ਹੁੰਦਾ ਮਖੂ ਸਾਹਿਬ ਕਿ ਜਿਹੜਾ ਕਾਨੂੰਨੀ ਤੌਰ 'ਤੇ ਤੁਸੀਂ ਅਦਾਲਤ 'ਚ ਕੋਰਟ ਕਰ ਸਕੋ ਮੈਂ ਉਹਦਾ ਉਲਥਾ ਕਰਦਾ ਉਹ ਪ੍ਰਮਾਣਿਕ ਨਹੀਂ ਹੈ ਤੁਸੀਂ ਕਰ ਦਿਓ ਪ੍ਰਮਾਣਿਕ ਨਹੀਂ ਹੈ ਪਾਰਲੀਮੈਂਟ ਜਿਹਨੂੰ ਅਸੈਪਟ ਕਰੇਗੀ ਹਿੰਦੀ ਅਤੇ ਗੁਰਮੁਖੀ ਦੇ ਉਲਥੇ ਨੂੰ ਉਹ ਪ੍ਰਮਾਣਕ ਮੰਨਿਆ ਜਾਏਗਾ ਉਹਨੂੰ ਅਸੀਂ ਅਦਾਲਤ ਵਿੱਚ ਕੋਰਟ ਕਰ ਸਕਦੇ ਹਾਂ ਜੀ ਠੀਕ ਆ ਜੀ ਉਹ ਨਹੀਂ ਹੈਗਾ ਜੀ ਮੈਂ ਜਿਹੜੀ ਗੱਲ ਸਿੱਖ ਕੌਮ ਨੂੰ ਸਮਝਾਉਣ ਪਹਿਲੀ ਚੀਜ਼ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕੀ ਚੀਜ਼ ਪਹਿਲੀ ਗੱਲ ਤਾਂ ਹੈਗੀ ਜੇ ਕਿ ਅਸੀਂ ਵਰਬਲੀ ਇਹਨੂੰ ਸ਼੍ਰੋਮਣੀ ਕਹਿ ਰਹੇ ਹਾਂ ਅੱਛਾ ਜੀ ਇਹ ਵੀ ਸਿੱਖ ਕੌਮ ਨਾਲ ਬੜਾ ਵੱਡਾ ਧੋਖਾ ਜੇ ਮੈਂ ਅਨੰਦਪੁਰ ਸਾਹਿਬ ਮੱਤੇ 'ਤੇ ਤਾਂ ਹੀ ਸਾਰੀਆਂ ਗੱਲਾਂ ਵਿੱਚ ਕੌਮ ਨੂੰ ਪਹਿਲਾਂ ਆਇਆ ਗਾਈਡਲਾਈਨ ਦੇਣੀ ਚਾਹੁੰਦਾ ਐਕਟ 'ਚ ਲਿਖਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਚੁਅਲ ਕਮੇਟੀ ਵੀ ਨਹੀਂ ਜੇ ਹੈਗਾ ਐਕਟ 'ਚ ਗੁਰਦੁਆਰਾ ਪ੍ਰਬੰਧਕ ਬੋਰਡ ਹਜ਼ੂਰ ਸਾਹਿਬ ਵੀ ਗੁਰਦੁਆਰਾ ਪ੍ਰਬੰਧਕ ਬੋਰਡ ਹੈਗਾ ਜੇ ਕਮੇਟੀ ਨਹੀਂ ਜੇ ਹੈਗੀ ਦਿੱਲੀ ਵੀ ਗੁਰਦੁਆਰਾ ਪ੍ਰਬੰਧਕ ਬੋਰਡ ਹੈਗਾ ਜੇ ਕਮੇਟੀ ਨਹੀਂ ਜੇ ਹੈਗੀ ਪਟਨਾ ਸਾਹਿਬ ਵੀ ਗੁਰਦੁਆਰਾ ਪ੍ਰਬੰਧਕ ਬੋਰਡ ਹੈਗਾ ਜੇ ਕਮੇਟੀ ਨਹੀਂ ਜੇ ਹੈਗੀ ਜੰਮੂ ਕਸ਼ਮੀਰ ਦਾ ਵੀ ਗੁਰਦੁਆਰਾ ਪ੍ਰਬੰਧਕ ਬੋਰਡ ਹੈਗਾ ਜੇ ਕਮੇਟੀ ਨਹੀਂ ਜੇ ਹੈਗੀ ਪੰਥ ਨਾਲ ਪਹਿਲਾਂ ਤਾਂ ਇਹ ਧੋਖੇ ਹੋ ਰਹੇ ਨੇ ਪਿਛਲੇ 70 ਸਾਲਾਂ ਤੋਂ ਜਾਂ ਕੋਈ ਵੀ ਨਹੀਂ ਦੱਸਦਾ ਪਿਆ ਮੈਂ ਇਸੇ ਚੀਜ਼ ਤੋਂ ਹੈਰਾਨ ਹਾਂ ਜੀ ਮਤਲਬ ਜਿਹੜਾ ਵੀ ਫਿਰ ਮੈਨੂੰ ਕਹਿੰਦਾ ਨਾ ਜਿਹੜਾ ਵਿਦਵਾਨ ਵੀ ਯਾਰ ਤੂੰ ਇਹ ਪੰਗੇ ਨਵੇਂ ਕਿਉਂ ਛੇੜ ਦਿੰਦਾ ਮੈਂ ਕਿਹਾ ਜੀ ਮੈਂ ਪੰਗਾ ਨਹੀਂ ਛੇੜ ਰਿਹਾ ਮੈਂ ਤਾਂ ਕੌਮ ਨੂੰ ਸੁਚੇਤ ਕਰ ਰਿਹਾ ਜਦ ਤੱਕ ਵਿਵੇਕ ਨਹੀਂ ਜਾਗੇਗਾ ਕੌਮ ਦਾ ਕੌਮ ਆਪਣੀ ਬਰਬਾਦੀ ਆਪਣੇ ਆਪ ਆਪਣੇ ਹੱਥੀਂ ਕਰੀ ਜਾ ਰਹੀ ਹੈ ਔਰ ਤੁਸੀਂ ਲੋਕ ਕਰਵਾ ਰਹੇ ਹੋ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਜਿਹੜਾ ਮੌਜੂਦਾ ਇਤਿਹਾਸਕਾਰ ਨੇ ਦਾਰਸ਼ਨਿਕ ਨੇ ਆਪਣੇ ਆਪ ਨੂੰ ਵਿਦਵਾਨ ਸਮਝਦੇ ਨੇ ਉਹ ਖੁਦ ਕਰ ਕਿਉਂਕਿ ਉਹਨਾਂ ਦਾ ਕੰਮ ਹੈ ਕੌਮ ਨੂੰ ਸੁਚੇਤ ਕਰਨਾ ਮੈਂ ਪ੍ਰਚਾਰਕ ਨੂੰ ਕਥਾਵਾਚਕ ਨੂੰ ਰਾਗੀ ਢਾਡੀ ਨੂੰ ਹਲੇ ਇੰਨਾ ਦੋਸ਼ ਨਹੀਂ ਦਿੰਦਾ ਕਿਉਂਕਿ ਉਹਨਾਂ ਨੇ ਕਿਸ ਤੋਂ ਸਿੱਖਿਆ ਕਿਤਾਬਾਂ ਤੋਂ ਕਿਤਾਬਾਂ ਕਿੰਨੇ ਲਿਖੀਆਂ ਵਿਦਵਾਨਾਂ ਨੇ ਅਗਲੀ ਗੱਲ ਲਿਖਵਾਈਆਂ ਕਿੰਨਾ ਨੇ
सरकार ने उस सिख कौम सुचेत नहीं करना चाहती। हुण सब तो वड्डी गल सिख मिशनरी कॉलेज जिन्हें भी ने चाहे SGPC दे ने चाहे प्राइवेट ने कथावाचक वो तैयार कर रहे हैं, रागी टाडी प्रचारक वो तैयार कर रहे हैं, ठीक है ना जी। उन्होंने आप ही यत्न नहीं किए कि भाई उन्होंने यह चीज़ असी दईए, वो देंगे तो गुरुद्वारे की स्टेज तो कोई दसेगा ना जी कि भाई आ बोर्ड है कि कमेटी है कि शोरमणी है की चीज़। फिर जे कोई बोलेगा उन्होंने दोबारा उन्होंने स्टेज नहीं देनी, यह भी गल क्योंकि सरकार ने शिकंजा कसया हो, प्रबंधक ऐसे लई फिट किए हुए हैं कि भाई कौम तक सच नहीं पहुँचन देना। जे कौम तक सच पहुँचन की सिख मानसिकता होंगी या प्रबंधकों की होंगी तो मैं गुरुद्वार स्टेजा तो टाइम ना मिल जाता हों, बुरा ना मनाया जे तुसी मेरी इस गल का असी 1.5 लाख 2.5 लाख दे के रागी बुला लेंगे हाँ तो अतिंद्रपाल सिंह बेचारे की देवोगे तुम, वो तो मुफ्त भी नहीं बोल सकता जाके। ऐसे करके कि भी सुचेत ना करे कोई कौम ने भी जिहड़ा भी हलूणा देगा वो दरवाजे बंद हो जाएंगे। गुरु नानक के घर तो सच का घर कहा जाता, जो उत्थे भी कोई सच नहीं बोल सकता फिर कित्थे बोलेगा। तो गुरु नानक के घर दे सच दे उपर ताला जे गुरद्वारा प्रबंधक बोर्ड जिन्हें भी बने हुए ने सच दे उपर ताला जे गुरु नानक के घर विचों भाई लालो नू समेत गुरु नानक दे थॉट किडनैप कर लिया गया ते लाल किले कैद कर दिता गया। ते गुरु नानक दे घर विच दिल्ली तो मलक भागो लिया के बा दिता गया जे। पूरे संसार दे गुरु नानक दे घर विच मलक भागो बैठा किते भी तुहानू भाई लालो नहीं मिलेगा। हुण तुसीं सारिआं गुरुद्वारिआं दे जिहड़े प्रबंधक ने उन्हां नूं मलक भागो कहोगे तो फिर तुहानूं टाइम किवें मिलेगा। मैं तां सच बोलांगा जी, मैं तां गुरु नानक दे घर दा कुकर वां, मैं तां सच बोलना। जे सच बोलांगा तो कौम सुचेत होएगी, जे मैं सच नहीं बोलांगा मेरी कौम सुचेत नहीं हो पाएगी। तो कौम नूं सुचेत करना ही सिक्खी दा फर्ज हैगा जी। जी ठीक है ना जी। मैं चलो गल आपां सिर मते तक सीमित रखिए, उतां दूसरे पासे ना ले जाइए। गुरद्वारा प्रबंधक कमेटी सिर्फ गुरद्वारें दी गोलक दा ते मैनेजमेंट दा प्रबंध करन वास्ते जे जे इहनू अंग्रेजी च कहीए ते गल तुहानू और अज दे नौजवानां नू बड़ी छेती समझ आ जाएगी जी। की हैगी है गुरद्वारा मैनेजमेंट है। ठीक है ना जी, कि गुरु दी गोलक नू किवें मैनेज करना है जी, ते किवें मैनेजर ने सिंपल जी लफजा चा मैनेजर ने साडे लीडर या आगू नहीं ने। पहली गल असी इन्हां नू लीडर ते आगू समझी बैठे हाँ ते पहला खफा तो इत्थे ही आ गया ना जी। जी ठीक है ना भाई। गुरदास जी ने अपनी वार तीवी दी तीवी पौड़ी च बड़ी अच्छी गल एक कही है, मैं पुस्तक भी कोट की है इन्हां नमित यह सारे प्रबंधकी अदारिया नमित। भाई साहब जी कहंदे ने बाजीगर दी खेड ज्यों सब कूड़ तमाशा, रला जो संगत मीनिया उठ चले निराशा। उन्हें सारे मीनिया दी संगत च रले हुए जे ते सारे बाजीगर ने जी बाजियां खेड रहे ने। जेड़ा भी एक आएगा दूजा आएगा पता क्या की जांदा। तुसीं दे पिछले थोड़े समय दे इतिहास नूं ही देख लो, कहेंगे जी असी SGPC तक कब्जा करना है। मतलब फिर तो तुसी गुरु का सेवा संभाल शब्द खत्म हो गया, खत्म हो गया ना जी। असी देखो जी दिल्ली गुरुद्वारा प्रबंधक कमेटी सरनिया के कब्जे तो आजाद करा ली, तो मतलब तुसी भी तो कब्जा ही किया ना जी। हुण जे जिहड़ी पंथिक ओपोजिशन थी रहा भी कहती आपां बादलां दे कब्जे तो आजाद करानी श्रोमणी गुरु साड़ी सोच ही गुरमत की जड़ी IQ गुरमत IQ सी जी टर्मनोलॉजी जड़ी गुरमत की सी वो असी बदल दिती ते ताल भी पुणे दी लै आंदी है बिल्कुल ते फिर उहदे चों गुरमत कित्थों निकलेगी जी। गुरमत दे सोमे तां असी सुका दिते इह जे बुनियादी चीज़ जी। पहली गल सिख कौम नूं समझ लैना चाहिए जिहड़े आ तुसी भुलेखे च जी रहे हो कि जी इह साडी पार्लियामेंट है, बिल्कुल पार्लियामेंट नहीं जी, साडी सिर्फ प्रबंधक बोर्ड आ, सिर्फ प्रबंधक मैनेजर ने जिन्हां ने गुरुद्वारे की गोलक गिननी है तो खर्चनी है।
ਤੇ ਗੋਲਕ ਗਿੰਨੀ ਔਰ ਖਰਚਣ ਵਾਲੇ ਕੰਮ ਵਿੱਚ ਤਨਖਾਹਦਾਰੀ ਹੈ, ਮੈਨੇਜਮੈਂਟ ਤਨਖਾਹਦਾਰੀ ਹੈ, ਅਤੇ ਜਿੱਥੇ ਤਨਖਾਹਦਾਰੀ ਹੈ ਉੱਥੇ ਭ੍ਰਿਸ਼ਟਤਾ ਆਪਣੇ ਆਪ ਆ ਜਾਂਦੀ ਹੈ ਜੀ। ਓਕੇ, ਠੀਕ ਆ ਜੀ, ਪਹਿਲੀ ਚੀਜ਼। ਦੂਸਰੀ ਚੀਜ਼, ਇਸ ਪੂਰੇ ਐਕਟ ਵਿੱਚ ਜਿੰਨੀਆਂ ਚੀਜ਼ਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਹੇਠਾਂ ਕੀਤੀਆਂ ਜਾ ਰਹੀਆਂ ਨੇ, ਜੇ ਸਹੀ ਮਾਇਨੇ 'ਚ ਕੋਈ ਮੇਰੇ ਵਰਗਾ ਬੰਦਾ ਭਾਰਤ ਦਾ ਪ੍ਰਧਾਨ ਮੰਤਰੀ ਬਣ ਜਾਏ, ਠੀਕ ਆ ਨਾ ਜੀ, ਅਤੇ ਸਿੱਖ ਕੌਮ ਦੇ ਸਾਰੇ ਗੁਰਦੁਆਰਿਆਂ 'ਤੇ ਦੋ ਦਿਨਾਂ ਬਾਅਦ ਤਾਲਾ ਲਵਾ ਦੇ। ਪਰ ਤੁਸੀਂ ਕਹੋਗੇ ਤੁਸੀਂ ਸਿੱਖ ਹੋ ਕੇ ਇਹ ਗੱਲ ਕਰ ਰਹੇ ਹੋ ਜੀ, ਮੈਂ ਤਾਂ ਕਰ ਰਿਹਾ ਤਾਂ ਕਿ ਤੁਹਾਡੀ ਬੁੱਧੀ ਸੁਚੇਤ ਹੋਏ। ਤਾਲਾ ਕਿਵੇਂ ਲੱਗਦਾ? ਪਹਿਲੀ ਗੱਲ ਹੈ ਸ਼੍ਰੋਮਣੀ ਨਹੀਂ ਹੈ, ਤੁਸੀਂ ਇਹਨੂੰ ਸ਼੍ਰੋਮਣੀ ਲਿਖਦੇ ਹੋ, ਐਕਟ 'ਚ ਸ਼੍ਰੋਮਣੀ ਨਹੀਂ ਹੈ ਜੀ, ਇਨਲੀਗਲ ਐਕਟ ਹੋ ਗਿਆ ਨਾ ਜੀ, ਬੜੀ ਸਪਸ਼ਟ ਜਿਹੀ ਗੱਲ ਹੈ। ਬਿਲਕੁਲ ਜੀ, ਹੋ ਗਿਆ ਨਾ ਜੀ ਇਨਲੀਗਲ ਐਕਟ, ਅਤੇ ਸਾਰਾ ਸਿੱਖ ਕੌਮ ਹੀ ਵਰਬਲੀ ਤੁਹਾਨੂੰ ਪਰਮਿਸ਼ਨ ਦੇ ਦਿੱਤੀ ਗਈ, ਚਲੋ ਤੁਸੀਂ ਗੁਰਦੁਆਰਾ ਬੋਰਡ ਨਹੀਂ ਲਿਖਣਾ, ਪ੍ਰਬੰਧਕ ਕਮੇਟੀ ਨੂੰ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਲਓ, ਸਾਨੂੰ ਕੋਈ ਇਤਰਾਜ਼ ਨਹੀਂ। ਇਹ ਵਰਬਲੀ ਜੇ ਐਕਟ ਸੰਸ਼ੋਧਨ ਨਹੀਂ ਹੋਇਆ ਹੋਇਆ, ਮਤਲਬ ਹੈ ਇਨਲੀਗੈਲਿਟੀ, ਇਹਦਾ ਮਤਲਬ ਵੀ SGPC ਨਾਮ ਹੀ ਗਲਤ ਆ। ਹਾਂ, ਇਨਲੀਗੈਲਿਟੀ, ਜਾਣ ਬੁੱਝ ਕੇ ਦੁਸ਼ਮਣ ਨੇ ਤੁਹਾਡੇ ਅੰਦਰ ਭਰ ਦਿੱਤੀ ਅਤੇ ਤੁਸੀਂ ਉਹਨੂੰ ਲੈ ਕੇ ਚੌਂਬਲੇ ਫਿਰਦੇ ਹੋ, ਇਹਦਾ ਮਤਲਬ ਹੈ ਜੀ। ਠੀਕ ਹੈ ਜੀ, ਦੂਸਰੀ ਗੱਲ ਇਹ ਹੈਗੀ ਆ ਕਿ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਤਹਿਤ ਅਦਾਰੇ ਚੱਲ ਰਹੇ ਨੇ, ਜਿੰਨੇ ਵੀ ਡਿਸਪੈਂਸਰੀਆਂ ਚੱਲ ਰਹੀਆਂ ਨੇ, ਹੋਸਪਿਟਲ ਚੱਲ ਰਹੇ ਨੇ, ਉਹ ਜੇ ਤੁਸੀਂ ਉਹਦੀ ਲੀਗੈਲਿਟੀ ਵਾਲੇ ਪਾਸੇ ਜਾਓਗੇ ਤਾਂ ਉਹ ਸਾਰੇ ਦੇ ਸਾਰੇ ਹੀ ਚੈਰਿਟੀ ਸੰਸਥਾਵਾਂ ਬਣਾ ਕੇ ਕੰਮ ਸ਼ੁਰੂ ਕੀਤੇ ਹੋਏ ਜੇ, ਠੀਕ ਹੈ ਨਾ ਜੀ, ਜਿਵੇਂ ਤੁਸੀਂ ਆਪਣੀ ਕੋਈ ਚੈਰਿਟੀ ਸੰਸਥਾ ਬਣਾ ਲਓ ਜੀ। ਗੁਰਦੁਆਰਾ ਮੈਨੇਜਮੈਂਟ ਬੋਰਡ ਨੂੰ ਇਹ ਇਜਾਜ਼ਤ ਨਹੀਂ ਹੈ ਕਿ ਉਹ ਇਹ ਕੰਮ ਕਰੇ ਐਕਟ 'ਚ, ਇਸ ਕਰਕੇ ਉਸ ਦੀ ਇੱਕ ਕਰਪਟ ਵੇ ਕੀ ਅਡਾਪਟ ਕਰ ਲਿਆ, ਜਿਸ 'ਤੇ ਸਿੱਖ ਚੋੜੇ ਹੋਈ ਫਿਰਦੇ ਨੇ ਅਤੇ ਸਿੱਖ ਡਿਮਾਂਡਾਂ ਕਰੀ ਜਾਂਦੇ ਨੇ ਜੀ, ਗੁਰਦੁਆਰਿਆਂ ਨੂੰ ਇਹ ਕਰਨਾ ਚਾਹੀਦਾ, ਗੁਰਦੁਆਰਿਆਂ ਨੂੰ ਉਹ ਕਰਨਾ ਚਾਹੀਦਾ, ਕਰਨਾ ਚਾਹੀਦਾ, ਪਰ ਉਹਨੂੰ ਪਹਿਲਾਂ ਐਕਟ 'ਚ ਲੈ ਤਾ ਆਓ, ਐਕਟ ਹੀ ਉਵੇਂ ਬਣਵਾਉਣਾ ਚਾਹੀਦਾ ਸੀ ਤੁਹਾਨੂੰ, ਤੁਹਾਨੂੰ ਤਾਂ ਅੰਗਰੇਜ਼ਾਂ ਨੇ ਐਕਟ ਅੰਗਰੇਜ਼ਾਂ ਨੇ ਬਣਾਇਆ, ਅੰਗਰੇਜ਼ਾਂ ਨੇ ਬਣਾਇਆ, ਜੋ ਅੰਗਰੇਜ਼ਾਂ ਨੇ ਬਣਾ ਕੇ ਦੇ ਤਾ ਅਸੀਂ ਉਸ 'ਤੇ ਚੋੜੇ ਹੋਈ ਫਿਰਦੇ ਹਾਂ ਕਿ ਅਸੀਂ ਚਾਬੀਆਂ ਦਾ ਮੋਰਚਾ ਜਿੱਤ ਲਿਆ, ਜਿੱਤ ਲਿਆ, ਪਰ ਉਹਨਾਂ ਨੇ ਤੁਹਾਨੂੰ ਗੁਰੂ ਨਾਨਕ ਦੇ ਘਰ 'ਚੋਂ ਗੁਰੂ ਨਾਨਕ ਦੀ ਚੋਣ ਪ੍ਰਣਾਲੀ ਕੱਢ ਦਿੱਤੀ, ਧੱਕੇ ਮਾਰ ਕੇ ਬਾਹਰ ਕਢਾ ਦਿੱਤੀ, ਗੁਣਵੱਤਾ ਦੀ ਜਿਹੜੀ ਚੋਣ ਪ੍ਰਣਾਲੀ ਸੀ, ਗੁਣਤੰਤਰੀ ਪ੍ਰਣਾਲੀ ਸੀ, ਉਹ ਧੱਕੇ ਮਾਰ ਕੇ ਕਢਾ ਦਿੱਤੀ ਅਤੇ ਇਲੈਕਸ਼ਨ ਤੁਹਾਡੇ ਅੰਦਰ ਪਾ ਦਿੱਤਾ ਅੰਗਰੇਜ਼ਾਂ ਨੇ। ਅਤੇ ਇਲੈਕਸ਼ਨ ਵੀ ਹੁਣ ਸਰਕਾਰ ਦੇ ਹੱਥ ਵਿੱਚ ਹੁੰਦਾ, ਸਾਡੇ ਹੱਥ ਵਿੱਚ ਹੈ ਨਹੀਂ। ਤੁਹਾਨੂੰ ਇਲੈਕਸ਼ਨ ਦਾ ਮਤਲਬ ਹੈ ਜੇ ਕਿ ਕੋਈ ਵੀ 49 ਗੱਦੇ ਹੈ ਕਹਿਣ ਕੇ ਅਸੀਂ 51 ਘੋੜਿਆਂ 'ਤੇ ਰਾਜ ਕਰਨਾ। ਅੱਛਾ ਜੀ, ਅਤੇ 51 ਅਤੇ 51 ਗੱਦੇ ਕਹਿਣ, ਲੈ ਅਸੀਂ ਤਾਂ 51, ਅਸੀਂ ਤਾਂ 49 ਘੋੜਿਆਂ 'ਤੇ ਰਾਜ ਕਰ ਹੀ ਰਹੇ ਹਾਂ। ਉਹ ਕਰਨਗੇ ਕਰਨਗੇ ਓਕੇ, ਬਿਲਕੁਲ। ਨਾਨਕ ਦੇ ਘਰ ਦੀ ਪ੍ਰਣਾਲੀ ਇਹ ਨਹੀਂ ਸੀ, ਘੱਟੋ ਘੱਟ ਧਰਮ ਦੀ ਸਾਡੀ ਹੈ ਪ੍ਰਣਾਲੀ। ਬੜੀ ਕਸਮ ਦੀ ਉਦਾਹਰਨ ਦਿੱਤੀ ਹੈ ਦਰਸ਼ਕੋ, ਗੱਲ ਬੜੀ ਸਮਝਣ ਵਾਲੀ ਹੈ ਔਰ ਗੱਲ ਮਨ ਨੂੰ ਭਾਉਂਦੀ ਵੀ ਬੜੀ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਸਿਲੈਕਸ਼ਨ ਸੀ, ਇਲੈਕਸ਼ਨ ਨਹੀਂ ਸੀ, ਇਹ ਮੈਂ ਅਕਸਰ ਤੁਹਾਨੂੰ ਅੱਗੇ ਵੀ ਕਹਿੰਦਾ ਹੁੰਦਾ ਵਾਂ, ਪਰ ਹੁਣ ਜਦੋਂ ਸੁਰਜੀ ਰਲਦੀ ਹੋਵੇ ਜਾਂ ਕਹਿ ਲਈਏ ਵੀ ਵਿਚਾਰਾਂ ਦੀ ਨੇੜਤਾ ਬਣਦੀ ਹੋਵੇ ਜਾਂ ਵਿਚਾਰਾਂ ਦੀ ਸਮਝਣ ਦੀ ਇੱਕ ਦੂਜੇ ਨੂੰ ਦਾਤੇ ਨੇ ਸਦਬੁੱਧੀ ਦਿੱਤੀ ਹੋਵੇ ਤਾਂ ਫਿਰ ਆਨੰਦ ਥੋੜ੍ਹਾ ਜ਼ਿਆਦਾ ਆਉਂਦਾ। ਸਾਡੇ ਦਰਸ਼ਕ ਗੱਲ ਤੋਂ ਬੜੀ ਬਰੀਕੀ ਵਿੱਚ ਸੁਣਦੇ ਆ, ਤਾਂ ਹੀ ਤਾਂ ਹਰ ਵਾਰ ਹਰ ਇੰਟਰਵਿਊ ਵਿੱਚੋਂ 2-4 ਸਵਾਲ ਦਿੰਦੇ ਆ ਵੀ ਅਗਲੀ ਵਾਰੀ ਜਦੋਂ ਤੁਸੀਂ ਇੰਟਰਵਿਊ ਕਰੋਗੇ ਕਿਸੇ ਵੀ ਸਰੋਤੇ ਦੇ ਨਾਲ, ਕਿਸੇ ਵੀ ਦਰਸ਼ਕ ਦੇ ਨਾਲ, ਕਿਸੇ ਵੀ ਐਸੇ ਵੀਰ ਦੇ ਨਾਲ, ਤਾਂ ਕਿਰਪਾ ਕਰਕੇ ਸਾਡੇ ਇਹ ਸਵਾਲ ਜ਼ਰੂਰ ਪੁੱਛਿਆ ਜੇ। ਇਹ ਬਹੁਤ ਗਜ਼ਬ ਦੀ ਗੱਲ ਹੈ ਕਿ ਤੁਸੀਂ ਬਰੀਕੀ ਦੇ ਵਿੱਚ ਸੁਣਦੇ ਹੋ, ਪਰ ਅੱਜ ਕੱਲ੍ਹ ਇਹ ਵੀ ਬੜੀ ਸੁਣਨ ਵਾਲੀ ਹੈ ਜਿਹੜੀ ਮੈਂ ਤੁਹਾਨੂੰ ਅੱਗੇ ਕਹਿਣਾ ਹੁੰਦਾ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਇਲੈਕਸ਼ਨ ਨਹੀਂ ਸਿਲੈਕਸ਼ਨ ਹੈ, ਅਤੇ ਵੀਰ ਜੀ ਨੇ ਇਹਨੂੰ ਆਪਣੇ ਢੰਗ ਦੇ ਵਿੱਚ ਦੱਸਿਆ ਵੀ ਜੇ 51 ਗਧੇ ਆਖਣਗੇ ਵੀ ਅਸੀਂ ਤਾਂ 51 ਵਾਂ, ਅਸੀਂ 49 'ਤੇ ਰਾਜ ਕਰਾਂਗੇ, ਮੀਨਸ 51 ਜਿਹੜੇ ਨੇ ਇੱਕ ਪਾਸੇ ਹੋ ਗਏ, ਉਹ ਭਾਵੇਂ ਗਧੇ ਹੋਣ ਪਰ ਚੇਤਾ ਰੱਖਿਆ ਜੇ ਬਾਕੀ ਜਿਹੜੇ ਨੇ ਨਾ ਉਹ ਘੋੜੇ ਨੇ, ਉਹਨਾਂ 'ਤੇ ਰਾਜ ਕਰਨਗੇ। ਇਲੈਕਸ਼ਨ ਦੇ ਅਰਥ ਵਾਕਈ ਇਹ ਬਣਦੇ ਨੇ। ਗੁਰੂ ਨਾਨਕ ਦੇ ਘਰ ਦੇ ਵਿੱਚ ਦਰਸ਼ਕੋ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ, ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਗੁਣਤੰਤਰ ਸੀ, ਗੁਣਾਂ ਦੇ ਆਧਾਰ ਦੇ ਉੱਪਰ ਬੰਦੇ ਦੀ ਚੋਣ ਕੀਤੀ ਜਾਂਦੀ ਹੁੰਦੀ ਸੀ, ਪਰ ਅੱਜ ਗੁਣਾਂ ਦੇ ਆਧਾਰ ਦੇ ਉੱਪਰ ਨਹੀਂ ਹੈ, ਅੱਜ ਇਲੈਕਸ਼ਨ ਹੋ ਰਹੇ ਨੇ। ਇਹ ਤਾਂ ਵੱਡੀ ਗੱਲ ਇਹਨਾਂ ਨੇ ਕੀਤੀ ਹੈ SGPC ਦੀ, ਦਿੱਲੀ ਕਮੇਟੀ ਦੀ,
पर जे आम भी गुरुद्वारों में देखिए तो बकायदा इलैक्शन होंगे ने तो कई ने ट्रस्ट बना के पक्का कब्जा कर लिया भी जिनी देर तक हम बैठे रहेंगे ये साड़ी निजी प्रॉपर्टी आ गई साड़ा बन गया ट्रस्ट है ट्रस्टी जड़े ने वो अपने अपने बंदे पाए ने इस करके मैं बेनती करांगा सिख संगत नूं भी पंजाब के अंदर या पंजाब तो बाहर या विदेश के अंदर जेडे गुरुद्वारा साहब ने उन्होंने डाकूमेंट भी बकायदा चैक करते रहा करो कि ऐसा तो नहीं कुछ बंदिया ने ट्रस्ट बना के उपर पक्का कब्जा कर लिया तो जिहड़े ट्रस्टी ने वो अपने पा ले इस करके सानू बड़ा सचेत होने की लोड़ है। तो आओ आपां माड़ा जिहा होर जानने का यतन करिए कि फिर एस जी पी सी के मैंबर की या प्रधान की चोण किवें करनी चाहिए। बिल्कुल ये जानना साढ़े लिए बड़ा जरूरी है। असी कल्ली बीमारी नहीं दसनी असी बीमारी का इलाज भी दसन का यतन करांगे तां ही साडा जिहड़ा प्रोग्राम है ये सक्सैस हो पाएगा। आओ आपां जानने का यतन करते हैं। वीर जी बड़े सोहणे ढंग दे विच तुसीं एक गल दसी है भी 51 गधे 49 घोड़ियां ते राज करनगे बिल्कुल क्लीयर हो करते पे ने और सामने दिसदा पिया तो ये बारे फिर तुसी हुण सानूं यह भी जानकारी दे दिओ क्योंकि समय दीआं घड़ियां सानूं रोक दिंदियां ने इहदे विच इह जानकारी दिओ भी फिर चोण प्रणाली की होनी चाहीदी है। गुरु नानक दे घर सेवा दा कंसैप्ट है जी पहली चीज जी सेवा भी उस नूं जिहड़ा बाणी ते बाणे दा पूरा बाणे दा मतलब है नहीं जी हैगा कि वड्डे गोल दुलमाले सजा ले ते चोले पा ले ते तेड़ो नंगे हो गए कछहरा पा के वो बाणा बाणा नहीं जी हैगा। गुरमत दा बाणा है जिस भांडा धोवो धूप बैस देवो धूप देवो तां दूजे को जाओ तां दूजे को जाओ की हैगा कि असी ऐ शरीर दे बाणे नूं गुरमत ते अकाल नूं परणा के इक करना ऐ। कपड़िआं दी गल नहीं जी हैगी ठीक है ना जी अंदर दे भांडे पलीती कपड़ होई फिर तां ओ अंदरले शरीर नूं ते मांजा लाना दिमाग नूं गुरमत दा मांजा लाना जमीर नूं गुरमत दा मांजा लाना सोच नूं गुरमत दा जिहड़ी साडी रहत हैगी है ओ पंजां इंद्रियां दी रहत है ठीक है ना मर्यादा ओ हैगी है जिहड़े उस ते निपुण ने संगत यूनैनी मसली उन्हां नूं घर जाके कहे कि आओ जी आ गुरुद्वारे दा प्रबंध करो तुसीं यह जे गुणवत्ता का सिद्धांत गुणवत्ता संगत को समाज दिखती होंगी है कि कहड़ा गुणा का कि जिन्हों मर्जी पूछ लो कि पिंड कहड़ा गुण गुणवंती है जी केड़ा फीमची है जी केड़ा समैकी है पिंड पता होंगे पिंड हर चीज़ पता होंगी है। असं एवें गलत कहते हैं कि पिंड वाले इंज ने पिंड वाले हर चीज़ पता होंगी है ठीक है ना जी। कदे एक पिंड जाके होका दिता जी अपने गुरुद्वारे का प्रबंध किसी गुरसिख पिंडा च अज भी अल जे आ सिखा का लाना सिखा दे लाने क्यों बने पिंडा च इसे बने ना कि उन्होंने टब्बर सिखी सी। अच्छा अच्छा भी जेडे अमृतधारी परिवार गुरमत नूं परनाए हुए सी सिखा का लाना सिखा का लाना। मैं ये सोचता हूँ सर भी शायद पिंड दे विच बाकी धर्मां दे लोक रहिंदे होणगे ते जेडे पासे सिख रहिंदे सी इस करके कहिंदे सी भी सिखा का लाना ना जी नहीं दो टब्बर चार टब्बर दस टब्बर किसी पिंड होंदे सी उन्होंने अल और नाम सत्कार वजो कहा जाता सिखा का लाना ठीक है जी ठीक है ना जी इतों आया इतों आया तो साडा प्रबंध जे तो मैं तुहाडे एक एपीसोड कहा मैं भुल गया किन्ने नंबर एपीसोड से वो मैं कहा कि जे गुरु नानक दे घर चोण प्रणाली गुरु नानक वेले आ जाती तो सतगुर साहब श्री गुरु नानक सरकार कदे भी अपनी सरकार की आने वाली जिम्मेवारी गुरु अंगद पातशाह जी ना दे पाते जे चोण होंगी तो फिर तो श्री चंद ही उन्होंने गद्दी ते हाँ पक्की गल सी जे चोण कली हो जाती तो पक्की गल सी जे चोण हो जाती इहदा मतलब चोण चोणा नाल नहीं चोण अपने विवेक चो विवेक चो करनी है और गुणा की करनी है ठीक गुरमत नु आधार बना गुरमत दी कसव सोना परखी दा है ना कसवटी ते कसवटी पत्थर ते इत्थे गुण तंत्र रीचे सिखी गुरमत दी कसवटी ते परखी जानी जे जे जेड़ा परख के ठीक हो गया उन्हूं सेवा दे दिओ आवाज मार के दिओ घर जाके लम्मे पै के उन्हूं चाहे दिओ जो नहीं करना चाहता दंडोत करके कहो भाई नहीं तू ही है तू ही करना नहीं तो गुरु घर नहीं संभालिया जाना पर असी इत्थे लाए आ चोण प्रणाली चोन प्रणाली क्योंकि सिर गोलक दे प्रबंध मैनेजमेंट दी हैगी है मैनेजमेंट करके इत्थे सारी करप्शन आ गई है टोटल जिहड़ी करप्शन आ गई है
उसने सारे ही सिखी के सिद्धांत करप्ट कर दिते गए, साड़ी कीर्तन की मर्यादा भी करप्ट कर दिती गई, साड़ी कथा की मर्यादा भी करप्ट कर दिती गई, साड़ी व्याख्यान की इतिहास की मर्यादा भी करप्ट कर दिती गई, इतों तक कि साड़ी संगत ते पंगत की मर्यादा भी करप्ट कर दिती गई। हुण देखो तुसीं कहोगे कि बई मैं बड़ी वड्डी गल कह रहा, मैं बड़ी हले निक्की गल कह रहा और बड़े सोबर लफज मैं इस्तेमाल कर रहा, पर अंदरों आत्मा इन्नी कुरलांदी जे इन्ने अच्छे लफज इस्तेमाल करन ते जी नहीं करता। जो समाज सिख समाज साडा कर रहा, साड़ी पंगत कित्थे लिया के, लंगर कित्थे लिया के पहुँचा दिता, सिर्फ असी लंगर कौम नू ते बछिंदियां नू रिश्वत देने वास्ते कहिंदे आ ना जी, आओ लंगर ही चाह बनेगा, इकट्ठ रात नू होएगा, लंगर भी होएगा, साध संगत ही जरूर आया जे, हर इश्तिहार ते गुरु का लंगर टुट वरतेगा, लिखण दी लोड़ नहीं, ते गुरु नानक दे घर दा पता ही होना चाहिए सी उत्थे लंगर मिलेगा, ते लंगर सी भुखियां लई, नंगियां लई, लोड़वंदां लई। ते अज केड़ा सिख समाज भुखा जे, नंगा जे, लोड़वंद आ, मैनू दसो। असी अपना दान आपे ही छकन दी करप्शन च पै गए ना। ते गुरबाणी कहिंदी है कि जे गुरु के गुरु का दान तू छकेगा ते तेरे हड्डां चो निकलेगा, ते ओह निकलदा पिया जे। मैं तो ता कह रहा, मैं बड़ा अच्छे लफज वाले इस्तेमाल करके सिख कौम नू इस गल तो सुचेत कर रहा जी, पर इन्ने अच्छे लफजां च सुचेत होने वाली मेरी कौम है नहीं, क्योंकि डांगा की आदि बन गई है। बिल्कुल। एक होर तुहाडे को जानकारी लगा समय लैण, जिवें तुसीं हुण अज आपां एस जी पी सी की गल की, भी एस जी पी सी ने किहड़ियां मंगां पूरियां करनियां सी, पर तुसीं कहा भी पहलां इहदा नाम जिहड़ा सही लो लो, तुसीं इह गल वाकई जिहड़ी अज कही है और साडे दर्शक जिहड़े सुणदे पए ने और जिते बुलारे सुणनगे, मेरे ख्याल दे विच चीज़ किते ना किते प्रभावित करेगी। और वाकई बड़ी गजब की गल भी है, बोर्ड सारे ते ये बोर्ड तो कमेटी क्यों आखन लग पे, बोर्ड कहण दे विच दिक्कत की सी? क्योंकि अकाली दल ने सिख कौम नू धोखा देना सी। अकाली दल जिहड़ा कि अकाल प्रथा बनिया सी, सच्चे सुच्चे सिखां दा बनिया सी, वो जिस वेले उसका फैसला कर लिया गया ना गुरुद्वारा सुधार लहर तो बाद किया, राजसी संस्था भी होएगी, और राजसी संस्था बनाने दे नाल ही इहदे विच सारे दे सारे और राजसी बेनियमा झूठ फरेब धोखे नाल आ गए। तो अज तक किसी सिख ने उठ के जुडिशियल कोर्ट दे विच केस नहीं किया? साडा शोरम गुरुद्वारा प्रबंधक बोर्ड के तहत एक गुरुद्वारा जुडिशियल बोर्ड भी बंद आ जाए। देखो उन्हें कमेटी नहीं कहते, उन्हें बोर्ड कहते हैं, क्योंकि एक्ट है ना, वो कानूनी एक्ट च बोर्ड बनेगा, वो भी साडा स्थाई नहीं जे अज तक अकालिया ने बनवाया। कोई सिख अज खड़ा होके किसी अपने जिवें वक्फ बोर्ड है जी मुसलमाना दा, ठीक है ना जी, जे वक्फ बोर्ड नाल कोई शिकायत हैगी है तो उन्हां दा धार्मिक अदारा बनिया होया अदालत जी, जिस जिस अगे जाके तुसी फट शिकायत कर सकते। हाँ। सिखां च कोई भी नहीं जी अकालिया ने बनवाई, इस लई नहीं बनवाई कि असी अकाल तख्त साहब ते शिकायत कर देंगे है जे किसी ने करनी होंगी है। मकू साहब ना तुसी पहला लै लिया, मैं क्योंकि अकाल तख्त साहब वाले मुद्दे ते जो जावांगा मैं उदों कहना चाहता सी जी, पर मैं हुण इत्थे नाल ही नबेड़ दिंदा, उस तो बाद आपां सारियां गल्लां कर लांगे। गुरद्वारा शोरोमणी जिन्हों एस जी पी सी कहिंदे हो, एस जी पी सी दे एक्ट विच अकाल तख्त साहब शब्द ही नहीं जी हैगा। पक्की गल आ, मैं तुहाडे चैनल ते कोई झूठ नहीं बोलदा और मैं वैसे भी जिंदगी च अज तक झूठ नहीं बोलदा, इक्को इक कमाई लई है बस। एस जी पी सी एक्ट च अकाल तख्त साहब नहीं जी हैगा, साडा जिन्हों आपां सिंह साहिबान ते जत्थेदार कहिंदे आ इन्हां दा कोई प्रोविजन नहीं जी हैगा। सारा कुछ ही बेनियम होया पिया, सारा कुछ एस जी पी सी दा नाम भी, एस जी पी सी दा प्रबंध भी, जथेदारियां नियुक्तियां सब कुछ, बल्ले 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 एस जी पी सी एक्ट। ये जो हम सच तुम पेश कर दिता, ये सच हम सुनिया जाऊ? मेरे ख्याल अज सिख कौम और सिख कौम का ना नौजवान सच सुनना चाहता है, ताई मैं सुना रहा, पहला भी सुनाया, लोगों ने सुनिया नहीं जी। पर हुण इन्नी सिख कौम ने अपना कान करा लिया, इन्ने धोखे खा ले कि हुण जिहड़ी नवीं पीढ़ी उठी है वो चाहती है कि मैनू सच पता चले। मेरे ख्याल हुण इह सच थाई पएगा। बिल्कुल भी जी, बहुत सुंदर ढंग दे विच तुसीं साडे दर्शकां नूं दस्सिया कि श्रोमणी गुरुद्वारा प्रबंधक कमेटी
ਵੀ ਇਹ ਜਿਹੜਾ ਨਾਮ ਹੈ ਨਾਮ ਹੀ ਗਲਤ ਹੈ ਜਿਹੜਾ ਇਹਦਾ ਬਣਿਆ ਹੋਇਆ ਐਕਟ ਐਕਟ ਇੰਗਲਿਸ਼ ਦੇ ਵਿੱਚ ਹੈ, ਕਿਸੇ ਨੇ ਪੰਜਾਬੀ ਵਿੱਚ ਅੱਜ ਤੱਕ ਨਹੀਂ ਕਰਵਾਇਆ। ਨੰਬਰ 2 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਰਡ ਨਹੀਂ ਹੈ, ਜਥੇਦਾਰਾਂ ਦਾ ਕੋਈ ਪ੍ਰੋਵੀਜ਼ਨ ਹੀ ਹੈ ਨਹੀਂ, ਵੀ ਨਾਮੋ ਨਿਸ਼ਾਨ ਹੈ ਨਹੀਂ, ਬਿਲਕੁਲ ਨਹੀਂ। ਇਹ ਸਾਰਾ ਕੁਝ ਤੁਸੀਂ ਬੜੇ ਸੁੰਦਰ ਢੰਗ ਦੇ ਵਿੱਚ ਦੱਸਿਆ, ਪਰ ਦਰਸ਼ਕੋ ਸਮੇਂ ਦੀਆਂ ਘੜੀਆਂ ਮੈਨੂੰ ਰੋਕਦੀਆਂ ਨੇ, ਦਿਲ 'ਤੇ ਕਰਦੇ ਐਪੀਸੋਡ ਐਡਾ ਲੰਬਾ ਹੋ ਜਾਵੇ ਵੀ ਇਹਦੇ ਵਿੱਚ ਅਸੀਂ ਪੂਰੀ ਦੀ ਪੂਰੀ ਗੱਲ ਕਲੀਅਰ ਕਰੀਏ, ਪਰ ਸਮਾਂ ਸਾਨੂੰ ਰੋਕਦਾ ਪਿਆ। ਪਰ ਇੱਕ ਤੁਹਾਡੇ ਨਾਲ ਵਾਅਦਾ ਕਰਦਾ ਵਾਂ, ਆਪਣੇ ਅਗਲੇ ਐਪੀਸੋਡ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੀ ਗੱਲ ਵੀ ਕਰਾਂਗੇ ਕਿ ਬੋਰਡ ਹੈ ਜਾਂ ਕਮੇਟੀ ਹੈ ਜਾਂ ਇਹਦਾ ਹੱਲ ਕੀ ਹੋਣਾ ਚਾਹੀਦਾ। ਆਓ ਇੱਥੇ ਹੀ ਤੁਹਾਡਾ ਸੇਵਕ ਤੁਹਾਡੇ ਕੋਲੋਂ ਲੈਂਦਾ ਹੈ ਵਧਾਈਗੀ ਅਤੇ ਪ੍ਰੋਗਰਾਮ ਦੇਖਦੇ ਰਹਿਣਾ ਮਤਾ ਸ੍ਰੀ ਅਨੰਦਪੁਰ ਸਾਹਿਬ, ਅਤੇ ਗੱਲਾਂ ਅਸੀਂ ਹੋਰ ਵੀ ਬੜੀਆਂ ਖੋਲ੍ਹਦੀਆਂ ਜਾਵਾਂਗੇ, ਕਿਉਂਕਿ ਉਹ ਜਿਹੜਾ ਸੱਚ ਹੈ ਨਾ, ਸੱਚ ਉਹ ਸਾਨੂੰ ਅੱਜ ਪ੍ਰਵਾਨ ਕਰ ਲਈਏ ਅਤੇ ਭਾਵੇਂ ਕੱਲ੍ਹ ਕਰ ਲਈਏ, ਪ੍ਰਵਾਨ ਸਾਨੂੰ ਕਰਨਾ ਪੈਣਾ। ਭਾਵੇਂ ਕੋਈ ਕਵੇ ਵੀ ਇਹ ਖੁਲਾਸੇ ਹੋਣ ਲੱਗ ਪਏ ਹੈ, ਇਹ ਨਵਾਂ ਸੱਪ ਨਿਕਲਿਆ, ਇਹ ਸੱਪ ਨਹੀਂ ਹੈ, ਜੋ ਬੋਰਡ ਦੇ ਵਿੱਚ ਲਿਖਿਆ ਹੋਇਆ ਉਹ ਤੁਹਾਡੇ ਅੱਗੇ ਰੱਖਿਆ, ਜੋ ਮਤਾ ਸ੍ਰੀ ਅਨੰਦਪੁਰ ਸਾਹਿਬ 1978 ਦੇ ਵਿੱਚ ਲਿਖਿਆ ਗਿਆ ਉਹ ਤੁਹਾਡੇ ਅੱਗੇ ਰੱਖਿਆ। ਪਰ ਗੱਲ ਕੀ ਹੈ, ਤੁਸੀਂ ਵੀ ਆਪਣੀ ਜਗ੍ਹਾ ਸੱਚੀ ਹੋ, ਜੋ ਤੁਹਾਨੂੰ ਪੜ੍ਹਾਇਆ ਗਿਆ ਅਸੀਂ ਉਹ ਮੰਨ ਲਿਆ, ਜੋ ਹੁਣ ਸੱਚਾਈ ਜਿਹੜੀ ਉਹ ਤੁਹਾਡੇ ਅੱਗੇ ਰੱਖੀ ਜਾ ਰਹੀ ਹੈ ਕਿਤੇ ਨਾ ਕਿਤੇ ਸ਼ੱਕ ਪੈਦਾ ਕਰਦੀ ਹੈ। ਪਰ ਵੀਰ ਜੀ ਦਾ ਚੈਲੰਜ ਹੈ ਵੀ ਕੋਈ ਵੀ ਸੱਜਣ ਜੇ ਕੋਈ ਡਾਊਟ ਲੱਗਦਾ, ਤਾਂ ਵੀਰ ਜੀ ਅਕਸਰ ਇਹ ਗੱਲ ਕਹਿੰਦੇ ਹੁੰਦੇ ਨੇ ਕਿ ਬਕਾਇਦਾ ਤੁਸੀਂ ਮੇਰੇ 'ਤੇ ਕੇਸ ਕਰ ਸਕਦੇ ਹੋ। ਆਓ ਵੀਰ ਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਫਿਰ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਸੱਚ ਸਾਡੇ ਅੱਗੇ ਰੱਖ ਦਿਓ ਤੁਸੀਂ, ਅਤੇ ਇਸੇ ਤਰ੍ਹਾਂ ਸੱਚ ਸਾਡੇ ਅੱਗੇ ਰੱਖਦੇ ਰਿਹਾ ਜੇ। ਸੋ ਦਰਸ਼ਕੋ, ਅਗਲੇ ਹਫ਼ਤੇ ਦੇਖਣਾ ਪ੍ਰੋਗਰਾਮ ਮਤਾ ਸ੍ਰੀ ਅਨੰਦਪੁਰ ਸਾਹਿਬ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਧਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ, ਅਕਾਲ ਚੈਨਲ।